ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Rajasthan ਦੇ गंगानगर ਜ਼ਿਲ੍ਹੇ ਦੇ ਵਿੱਚ 11 ਜੀ ਦੇ ਵਿੱਚ ਇੱਕ ਪੀਰਖਾਨੇ ਨੂੰ ਮੰਨਣ ਵਾਲਾ ਪਖੰਡੀ ਜਿਹੜਾ ਹੈ ਉਹ ਬਾਬਾ ਜਿਸ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਾਸੋਂ ਸ੍ਰੀ ਅਮਰਸਰ ਸਾਹਿਬ ਤੋਂ ਝੂਠ ਬੋਲ ਕੇ ਇੱਕ ਗੁਰਦੁਆਰਾ ਸਾਹਿਬ ਦੇ ਲੈਟਰਪੈਡ ਦੇ ਉੱਤੇ ਜਿਹੜਾ ਮੰਗ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਲਿਆਂਦਾ ਤੇ ਉਸ ਨੂੰ ਕਬਰੀ ਜਿਹੜਾ ਪੀਰਖਾਨਾ ਬਣਾਇਆ ਸੀ ਉਹਦੇ ਤੇ ਪ੍ਰਕਾਸ਼ ਕੀਤਾ 2017 ਦੇ ਵਿੱਚ 18 ਦੇ ਵਿੱਚ ਉਹਦੀ ਜਿਹੜੀ ਹੈ ਪੜਤਾਲ ਹੋਈ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸ ਵੇਲੇ ਇੱਕ ਹੁਕਮਨਾਮਾ ਜਿਹੜਾ ਹੈ ਉਹ ਜਾਰੀ ਹੋਇਆ ਕਿ ਇਸ ਪਾਵਨ ਸਰੂਪ ਨੂੰ ਜਿਹੜਾ ਇਸ ਜਗ੍ਹਾ ਦੇ ਉੱਤੇ ਸੁਭਾਇਮਾਨ ਕਰਨਾ ਜਿਹੜਾ ਹੈ ਉਹ ਬੜੀ ਵੱਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਇੱਕ ਕਿਸਮ ਦੀ ਬਾਣੀ ਦੀ ਬੇਅਦਬੀ ਹੈ ਇਹ ਪਾਵਨ ਸਰੂਪ ਜਿਹੜਾ ਹੈ ਉੱਥੋਂ ਸਜੋਬਤ ਗੁਰਦੁਆਰਾ ਸਾਹਿਬੇ ਕੇ ਹੀ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਪਖੰਡੀ ਨੇ ਬੜੀ ਸਾਜਿਸ਼ ਦੀ ਤੈਅ ਕੀਤੀ ਆਪਣਾ ਹੀ ਇੱਕ ਰਿਸ਼ਤੇਦਾਰਾਂ ਦਾ ਆਪਣੇ ਹੀ ਲੋਕਾਂ ਦਾ ਟਰਸਟ ਬਣਾ ਕੇ ਗੁਰਦੁਆਰਾ ਸਾਹਿਬ ਦਾ ਬਿਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਨਜ਼ੂਰੀ ਲਿਆ ਨਿਰਮਾਣ ਕਾਰਜ ਜਿਹੜਾ ਉਹ ਬੱਡ ਦਿੱਤਾ ਲਗਾਤਾਰ ਹੀ ਸਿੱਖ ਸੰਗਤ ਰਾਜਸਥਾਨ ਦੀ ਇਹ ਪ੍ਰਿਆਸ ਕਰ ਰਹੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪਹਿਰੀਦਾਰ ਕਰਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਜਦ ਤੱਕ ਸ੍ਰੀ ਦਮਦਮਾ ਸਾਹਿਬ ਕੇ ਸੁਸ਼ੋਭਿਤ ਕੀਤਾ ਜਾਏ ਲੇਕਿਨ ਉਹ ਪਖੰਡੀ ਸਾਥ ਜਿਹੜਾ ਹੈ ਉਹ ਇਸ ਮਾਮਲੇ ਨੂੰ ਜਿਹੜਾ ਹੈ ਉਹ ਕੋਰਟ ਦੇ ਵਿੱਚ ਕੜੀਸਕੇ ਲੈ ਕੇ ਗਿਆ ਤੇ ਵੱਦਕਿਸਮਤੀ ਇਸ ਗੱਲ ਦੀ ਹੈ ਕਿ ਕੁਝ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਜਿਹੜੇ ਨੇ ਉਹਦੀ ਪੂਰੀ ਜਿਹੜੀ ਹੈ ਡਟਵੇਂ ਹਮਾਇਤ ਕਰ ਰਹੇ ਨੇ ਔਰ ਇਹ ਬੜੀ ਸ਼ਰਮ ਦੀ ਗੱਲ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਕੁਝ ਨਾਮ ਜਿਹੜੇ ਨੇ ਸਾਡੇ ਕੋਲੇ ਪੁੱਜੇ ਨੇ ਜਿਹੜੇ ਉਹਦੀ ਸਪੋਰਟ ਕਰ ਰਹੇ ਨੇ ਔਨ ਵਾਲੇ ਸਮੇਂ ਦੇ ਵਿੱਚ ਪੰਥ ਸਿੰਘ ਸਾਹਿਬਾਨ ਦੀ ਇਕਤਰਤਾ ਹੋਏਗੀ ਉਹਦੇ ਵਿੱਚ ਵਿਚਾਰਿਆ ਜਾਏਗਾ ਤੇ ਜੇ ਜਿਹੜੇ ਉਹਦੀ ਵਾਕਈ ਮਦਦ ਕਰਦੇ ਇਹ ਸਾਬਤ ਹੋ ਗਏ ਕਿ ਇੱਕ ਪਖੰਡੀ ਸਾਧ ਦੀ ਜਿਹੜੀ ਹੈ ਸਿੱਖ ਘਾਉਣ ਵਾਲੇ ਲੋਕ ਮਦਦ ਕਰਦੇ ਆ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮਰਿਆਦਾ ਅਨੁਸਾਰ ਉਹਨਾਂ ਤੇ ਸਖਤ ਤੋਂ ਸਖਤ ਜਿਹੜੀ ਹੈ ਉਹ ਕਾਰਵਾਈ ਕੀਤੀ ਜਾਊਗੀ ਪ੍ਰਸ਼ਾਸਨ ਨੇ ਸਹਿਯੋਗ ਦਿੱਤਾ ਹੈ ਕੁਝ ਦਿਨਾਂ ਦੀ ਮੌਲਤ ਲਈ ਹੈ ਤੇ ਫਿਰ ਵੀ ਅਸੀਂ ਜਿਹੜਾ ਉਸ ਪਖੰਡੀ ਸਾਧ ਨੂੰ ਇਹੋ ਹੀ ਕਹਿਣਾ ਚਾਹੁੰਦੇ ਆ ਤਾੜਨਾ ਕਰਦੇ ਆ ਕਿ ਕਿਸੇ ਵੀ ਕੀਮਤ ਦੇ ਉੱਤੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਨੇ ਉਸ ਜਗ੍ਹਾ ਤੇ ਬਿਲਕੁਲ ਵੀ ਜਿਹੜਾ ਹੈ ਉਹ ਸਭਾਈਮਾਨ ਨਹੀਂ ਕਰਨ ਦਿੱਤੇ ਜਾਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਮਰਿਆਦਾ ਦੇ ਨਾਲ ਗੁਰੂ ਗਰਦਵਾਰਾ ਸਾਹਿਬੀ ਕੇ ਅਤੇ ਤੱਕ ਸ੍ਰੀ ਦਮਦਮਾ ਸਾਹਿਬੀ ਕੇ ਹੁਕਮਨਾਮੇ ਦੀ ਪਾਲਣਾ ਕਰਦੇ ਆ ਸਿੱਖ ਸੰਗਤ ਸਸ਼ੋਭਤ ਜਿਹੜਾ ਉਹ ਜ਼ਰੂਰ ਕਰਵਾਏਗੀ ਤੇ ਅੱਜ ਬੜੀ ਬਿੰਡੀ ਗਿਣਤੀ ਦੇ ਵਿੱਚ ਸਿੱਖ ਜਥੇਬੰਦੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਸਤਿਕਾਰਯੋਗ ਹਸਤੀਆਂ ਗਈਆਂ ਸੀ ਪ੍ਰਸ਼ਾਸਨ ਨੇ ਉਹਨਾਂ ਨੂੰ ਰੋਕਿਆ ਹੈਗਾ 143 ਲਾ ਕੇ ਤਾਰਾ ਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਇਸੇ ਤਰ੍ਹਾਂ ਹੀ ਸਿੱਖ ਜਥੇਬੰਦੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਕਰਵਾਉਣ ਦੇ ਲਈ ਪਹਿਰੇਦਿਰੀ ਕਰਦੀਆਂ ਰਹਿਣਗੀਆਂ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਹੈ ਔਰ ਸਿੱਖਾਂ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸਰਵੋਪਰੀ ਹੈ ਔਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਹੈ ਪੀਰਖਾਨੇ ਦੇ ਉੱਤੇ ਬੇਅਦਬੀ ਜਿਹੜੀ ਹੈ ਕਿਸੇ ਕਿਸਮ ਦੀ ਉਹ ਬਰਦਾਸ਼ਤ ਸਿੱਖ ਕੌਮ ਨਹੀਂ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ